ਬਿਲਕੁਲ ਹਲਕਾ ਜਿਹਾ ਦੇਸੀ ਘਿਓ ਐਡ ਕਰਾਂਗੇ। ਕਿਉਂਕਿ ਇੱਕ ਦਿਨ ਹੈ ਨਾ ਡਾਕਟਰ ਵੀ ਕਹਿੰਦੇ ਨੇ ਵੀ ਹਲਕਾ ਖਾਣਾ ਚਾਹੀਦਾ, ਹਲਕੇ ਦੇ ਨਾਲ ਨਾਲ ਇਹ ਹੈਲਦੀ ਵੀ ਬਹੁਤ ਹੈ, ਕਿਉਂਕਿ ਡਿਨਰ ਤਾਂ ਆਪਾਂ ਨੂੰ ਹਮੇਸ਼ਾ ਹੀ ਲਾਈਟ ਕਰਨਾ ਚਾਹੀਦਾ, ਅਤੇ ਬ੍ਰੇਕਫਾਸਟ ਅਤੇ ਲੰਚ ਆਪਾਂ ਹੈਵੀ ਕਰ ਸਕਦੇ ਹਾਂ। ਅਤੇ ਦੇਖੋ ਆਪਾਂ ਇਹਨੂੰ ਸਵੀਟ ਦੇ ਨਾਲ ਵੀ ਖਾ ਸਕਦੇ ਹਾਂ, ਅਗਰ ਤੁਸੀਂ ਚਾਹੋ ਤਾਂ ਤੁਸੀਂ ਇਹਦੇ ਵਿੱਚ ਮਿੱਠਾ ਪਾ ਲਓ ਨਾ, ਦੁੱਧ ਪਾ ਲਓ, ਕਿਉਂਕਿ ਇਸਦੇ ਵਿੱਚ ਬਿਲਕੁਲ ਹਲਕਾ ਜਿਹਾ ਨਮਕ ਪਾਇਆ ਹੋਇਆ ਆਪਣਾ, ਉਹਦੇ ਨਾਲ ਵੀ ਬਹੁਤ ਟੇਸਟੀ ਲੱਗਦੀ ਹੈ। ਪਰ ਅੱਜ ਅਸੀਂ ਇਹਨੂੰ ਜਿਹੜੀ ਆਪਣੀ ਕਾਲੀ ਭੰਬੋਲ ਅਤੇ ਗੁਲਾਬ ਦੇ ਫੁੱਲਾਂ ਦੀ ਹੈ ਨਾ ਚਟਨੀ ਬਣਾਈ ਆਪਾਂ ਨੇ, ਉਹ ਹੈ ਅਤੇ ਆਪਣੀ ਖਿਚੜੀ ਹੈ ਅਤੇ ਨਾਲ ਆਪਾਂ ਸਿੰਪਲ ਕਰਡ ਹੈ। ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਪਲੀਜ਼ ਲਾਈਕ ਦਾ ਬਟਨ ਜ਼ਰੂਰ ਦਬਾ ਦਿਆ ਕਰੋ, ਕਿਉਂਕਿ ਇਹ ਖਿਚੜੀ ਦੇ ਵਿੱਚ ਆਪਾਂ ਨੇ ਦੇਖੋ ਕੋਧਰਾ ਜਿਹਨੂੰ ਬਾਜਰਾ ਵੀ ਕਹਿੰਦੇ ਹੈਗੇ, ਹਰੇ ਚਨੇ ਵੀ ਪਾਏ ਆ, ਹੈ ਨਾ ਮੋਠ ਵੀ ਪਾਇਆ, ਅਤੇ ਆਪਣੇ ਜੈਲੋ ਦਾਲ ਹੁੰਦੀ ਹੈ ਜਿਹੜੀ ਮੂੰਗੀ ਮਾਸਰੀ ਉਹ ਵੀ ਪਾਈ ਆ, ਅਤੇ ਆਪਣੇ ਦਲੇ ਹੋਏ ਜਿਹੜੀ ਹੈ ਨਾ ਦਾਲ ਹੁੰਦੀ ਹੈ ਉਹ ਵੀ ਪਾਈ ਹੈਗੀ। ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਅਤੇ ਹੈਲਦੀ ਵੀ ਬਣਦੀ ਹੈ, ਇੱਕ ਵਾਰੀ ਇਹਨੂੰ ਡਾਇਟ ਦੇ ਵਿੱਚ ਜ਼ਰੂਰ ਲੈਣਾ। ਅਤੇ ਅੱਜ ਆਪਣਾ ਡਿਨਰ ਥੋੜ੍ਹਾ ਜਿਹਾ ਲਾਈਟ ਹੀ ਹੈ, ਕਿਉਂਕਿ ਪਰਿਵਾਰ ਦੇ ਵਿੱਚ ਨਾ ਅੱਧੇ ਮੈਂਬਰਾਂ ਦੇ ਕਿਸੇ ਦਾ ਗਲਾ ਖਰਾਬ ਹੈ, ਕਿਸੇ ਨੂੰ ਖਾਂਸੀ ਹੋ ਰਹੀ ਹੈ, ਤਾਂ ਇਸ ਲਈ ਥੋੜ੍ਹਾ ਹੈਲਦੀ ਅਤੇ ਥੋੜ੍ਹਾ ਲਾਈਟ ਆਪਾਂ ਨੇ ਅੱਜ ਦਾ ਇਹ ਡਿਨਰ ਤਿਆਰ ਕੀਤਾ ਹੈ। ਕਿਉਂਕਿ ਸਾਡੇ ਮੈਨੂੰ ਪਤਾ ਵੀ ਅੱਧੇ ਰੋਟੀ ਵੀ ਖਾਣਗੇ ਵਿੱਚ, ਤਾਂ ਉਹਨਾਂ ਵਾਸਤੇ ਆਪਾਂ ਰੋਟੀ ਵੀ ਬਣਾ ਦਾਂਗੇ, ਇੱਦਾਂ ਦੀ ਕੋਈ ਗੱਲ ਨਹੀਂ। ਇਸ ਨੂੰ ਆਪਾਂ ਤੜਕਾ ਵੀ ਲਗਾ ਸਕਦੇ ਹਾਂ, ਕਿਉਂਕਿ ਆਪਾਂ ਨੇ ਤੁਹਾਨੂੰ ਪਤਾ ਵੀ ਇਹਦੇ ਵਿੱਚ ਆਪਾਂ ਚਾਵਲ ਬਿਲਕੁਲ ਥੋੜ੍ਹੇ ਪਾਏ ਸੀਗੇ, ਅਤੇ ਤੜਕਾ ਲਗਾ ਕੇ ਤੁਸੀਂ ਇਹਨੂੰ ਦਾਲ ਵੀ ਬਣਾ ਸਕਦੇ ਹੋ, ਮਤਲਬ ਕਿ ਸਬਜ਼ੀ ਦਾਲ ਕੁਛ ਵੀ ਬਣਾ ਲਓ। ਇੱਕ ਟਾਈਮ ਕਾਫੀ ਹੋ ਗਿਆ ਨਾ, ਕਿਉਂਕਿ ਖਿਚੜੀ ਕਈ ਜਗ੍ਹਾ 'ਤੇ ਅਲੱਗ ਅਲੱਗ ਤਰੀਕੇ ਨਾਲ ਬਣਾਈ ਜਾਂਦੀ ਹੈ, ਪਰ ਇੱਦਾਂ ਦੀ ਖਿਚੜੀ ਤੁਸੀਂ ਇੱਕ ਵਾਰੀ ਬਣਾਓਗੇ ਜੋ ਜੋ ਮੈਂ ਤੁਹਾਨੂੰ ਦੱਸਿਆ ਬਹੁਤ ਹੀ ਹੈਲਦੀ ਬਣੇਗੀ ਅਤੇ ਟੇਸਟੀ ਤਾਂ ਉਸ ਤੋਂ ਵੀ ਜ਼ਿਆਦਾ ਕਿਤੇ ਬਣੇਗੀ। ਹਾਂਜੀ, ਇਹਦੇ ਵਿੱਚ ਆਪਾਂ ਹੈ ਨਾ ਮਿੱਠਾ ਪਾ ਕੇ ਦੁੱਧ ਵੀ ਪਾ ਸਕਦੇ ਹਾਂ, ਇੱਕ ਖੀਰ ਦਾ ਰੂਪ ਵੀ ਲੈ ਲਈਏ, ਜਿੱਦਾਂ ਕਿ ਆਪਾਂ ਹੁਣ ਇਹਦੇ ਵਿੱਚ ਨਾ ਚੀਨੀ ਐਡ ਕਰ ਦਿੰਦੇ ਹਾਂ ਥੋੜ੍ਹੀ ਜੀ, ਅਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਦੁੱਧ। ਦੇਖੋ ਉਹੀ ਖਿਚੜੀ ਹੈ ਇਹ, ਇਹਦੇ ਵਿੱਚ ਦੁੱਧ ਮੈਂ ਉਬਾਲਿਆ ਹੋਇਆ ਹੈ ਨਾ, ਠੰਡਾ ਕੀਤਾ ਹੋਇਆ ਦੁੱਧ ਪਾਇਆ, ਅਤੇ ਹੁਣ ਆਪਾਂ ਇਹਨੂੰ ਅਗਰ ਤੁਸੀਂ ਨਮਕੀਨ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਇਸ ਤਰੀਕੇ ਨਾਲ ਖਾ ਸਕਦੇ ਹੋ, ਅਗਰ ਤੁਸੀਂ ਇਹਨੂੰ ਹੈ ਨਾ ਦੁੱਧ ਪਾ ਕੇ ਖੀਰ ਦੀ ਤਰ੍ਹਾਂ ਖਾਣਾ ਚਾਹੁੰਦੇ ਹੋ ਤਾਂ ਇਹਨੂੰ ਇਸ ਤਰੀਕੇ ਨਾਲ ਖਾ ਸਕਦੇ ਹੋ, ਕਿਉਂਕਿ ਦੋਨੇ ਤਰੀਕੇ ਦੇ ਨਾਲ ਇਹ ਬਹੁਤ ਟੇਸਟੀ ਲੱਗਦੀ ਹੈ। ਇਹਦੀ ਫੁੱਲ ਵੀਡੀਓ ਆਪਣੇ ਕੀ ਇਹਦੇ ਵਿੱਚ ਪਾਇਆ, ਕਿੱਦਾਂ ਕਿੱਦਾਂ ਆਪਣੀ ਚਟਨੀ ਬਣਾਈ ਹੈ, ਕੀ ਆਪਣੇ ਸਾਰਾ ਕੁਝ ਤਿਆਰੀ ਕੀਤੀ ਹੈ, ਉਹਦੀ ਲਾਈਵ ਵੀਡੀਓ ਆਪਣੇ ਬਣਾਈ ਹੈ, ਤਾਂ ਤੁਸੀਂ ਆਪਣੇ ਚੈਨਲ 'ਤੇ ਸਰਚ ਕਰਕੇ ਦੇਖ ਸਕਦੇ ਹੋ। ਅਤੇ ਦੇਖੋ ਉਹੀ ਖਿਚੜੀ ਤੋਂ ਮੈਂ ਇਹਨੂੰ ਖੀਰ ਬਣਾਤੀ ਹੈ, ਇਹ ਇੱਦਾਂ ਨਹੀਂ ਹੈਗਾ ਵੀ ਮੈਂ ਹੈ ਨਾ ਉਈ ਤੁਹਾਡੇ ਸਾਹਮਣੇ ਬਣਾਤੀ ਹੈ, ਇਹ ਟੇਸਟੀ ਬਹੁਤ ਜ਼ਿਆਦਾ ਬਣਦੀ ਹੈ, ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ। ਅਤੇ ਦੇਖੋ ਜਿਹੜੇ ਚਾਵਲ ਆਪਾਂ ਖਾਂਦੇ ਹਾਂ ਨਾ ਖਿਚੜੀ ਦੇ ਵਿੱਚ ਥੋੜ੍ਹਾ ਘੱਟ ਪਾ ਕੇ ਖਾਇਓ, ਅਤੇ ਇਹਦੇ ਵਿੱਚ ਚਾਵਲ ਮੈਂ ਸਿਰਫ ਥੋੜ੍ਹੇ ਜਿਹੇ ਪਾਏ ਸੀ, ਜਿੱਦਾਂ ਕਿ 2-3 ਸਪੂਨ ਹੀ ਪਾਏ ਸੀਗੇ। ਆਪਾਂ ਥੋੜ੍ਹਾ ਮਿਕਸ ਕਰਾਂਗੇ, ਦੇਖੋ ਇਹਨੂੰ ਕੋਈ ਰਿੰਨਣ ਦੀ ਜ਼ਰੂਰਤ ਨਹੀਂ, ਅਤੇ ਕਿੰਨੀ ਥਿੱਕ ਇਹ ਆਪਣੀ ਖੀਰ ਬਣ ਗਈ ਹੈ। ਖੀਰ ਵੀ ਕਿਸ ਚੀਜ਼ ਦੀ ਬਣੀ ਹੈ, ਮੂੰਗੀ ਮਸਰੀ ਮੋਠ ਹਰਾ ਚਨਾ ਸਾਰੀਆਂ ਦਾਲਾਂ ਆਪਾਂ ਇਹ ਖੀਰ ਬਣਾ ਲਈ। ਤਾਂ ਵੀਡੀਓ ਕਿੱਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ, ਅਤੇ ਦੇਖੋ ਲਾਈਕ ਕਰਨ ਦੇ ਵਿੱਚ ਤੁਸੀਂ ਬਹੁਤ ਕੰਜੂਸੀ ਕਰਦੇ, ਮੈਂ ਤੁਹਾਡੇ ਨਾਲ ਸਾਰਿਆਂ ਨਾਲ ਰੁੱਸ ਜਾਣਾ, ਕਿਉਂਕਿ ਮੈਂ ਹਰ ਵਾਰ ਕੋਸ਼ਿਸ਼ ਕਰ ਦਿੰਦੀ ਹਾਂ ਕਿ ਤੁਹਾਡੇ ਵਾਸਤੇ
ਹੈਲਦੀ ਤੋਂ ਹੈਲਦੀ ਡਿਸ਼ ਲੈ ਕੇ ਆਵਾਂ ਤਾਂ ਪਲੀਜ਼ ਮੈਨੂੰ ਸਪੋਰਟ ਕਰਨਾ ਅਤੇ ਮੇਰੇ ਚੈਨਲ ਨੂੰ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਲਦੀ ਜਲਦੀ ਕਰ ਲਓ। ਦੇਖੋ ਇਹ ਆਪਾਂ ਨੇ ਨਮਕੀਨ ਰੱਖੀ ਹੈ, ਥੋੜ੍ਹਾ ਆਪਾਂ ਨੇ ਦੇਸੀ ਘਿਓ ਐਡ ਕਰ ਲਿਆ ਅਤੇ ਇਹ ਆਪਾਂ ਨੇ ਬਣਾ ਲਈ ਖੀਰ, ਉਹ ਵੀ ਖਿਚੜੀ ਦੀ। ਇੱਕ ਵਾਰੀ ਜ਼ਰੂਰ ਟਰਾਈ ਕਰਨਾ, ਫਿਰ ਮੈਨੂੰ ਦੱਸਣਾ ਕਿ ਤੁਹਾਨੂੰ ਕਿੱਦਾਂ ਦੀ ਲੱਗੀ। ਅਤੇ ਤੁਸੀਂ ਡਿਨਰ ਦੇ ਵਿੱਚ ਕੀ ਬਣਾਇਆ ਮੈਨੂੰ ਇਹ ਵੀ ਜ਼ਰੂਰ ਦੱਸਣਾ, ਕਿਉਂਕਿ ਮੈਨੂੰ ਪਤਾ ਹੈ ਮੈਨੂੰ ਮੈਸੇਜ ਵੀ ਕਰਦੇ ਨੇ ਸਾਰੇ ਸਿਸਟਰ। ਇਹ ਆਪਾਂ ਨੇ ਚੁੱਲ੍ਹੇ 'ਤੇ ਨਾ ਘੱਟੋ ਘੱਟ 1.5-2 ਘੰਟੇ ਰਿੰਨੇ ਆ ਇਹਨੂੰ, ਫਿਰ ਇਹ ਨਾ ਖਿਚੜੀ ਬਣੀ ਆ। ਖਿਚੜੀ ਦੀ ਰੈਸਪੀ ਆਪਾਂ ਘੱਟੋ ਘੱਟ 5 ਮਹੀਨਿਆਂ ਬਾਅਦ ਲੈ ਕੇ ਆਏ ਹਾਂ। ਜਦੋਂ ਆਪਣੇ ਪਹਿਲੀ ਵਾਰੀ ਬਣਾਈ ਸੀ ਨਾ, ਕਾਫੀ ਵੈਜੀਟੇਬਲ ਪਾ ਕੇ ਬਣਾਈ ਸੀ, ਹਰੇ ਮਟਰ ਸੀਗੇ ਉਦੋਂ ਬਣਾਈ ਸੀਗੀ, ਅਤੇ ਉਹ ਵੀ ਸਾਰੇ ਫਰੈਂਡਸ ਨੇ ਬਹੁਤ ਪਸੰਦ ਕੀਤੀ ਸੀਗੀ। ਅਤੇ ਇਹ ਅੱਜ ਆਪਾਂ ਨੇ ਬਣਾਈ